ਪੰਜਾਬ ਵਿੱਚ ਨਹੀਂ ਰੁਕ ਰਿਹਾ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ। ਜ਼ਿਲ੍ਹਾ ਮੋਗਾ 'ਚ ਕਿਸਾਨ ਲਗਾ ਰਹੇ ਹਨ ਪਰਾਲੀ ਨੂੰ ਅੱਗ। ਇਹ ਤਸਵੀਰ ਪਿੰਡ ਡਾਲਾ ਵਿੱਚ ਇੱਕ ਕਿਸਾਨ ਦੇ ਖੇਤ ਨੂੰ ਲਗਾਈ ਗਈ ਅੱਗ ਦੀ ਹੈ। ਇੱਥੇ ਕਿਸਾਨ ਮੋਗਾ ਕਬਰਨਾਲਾ ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚ ਧੜੱਲੇ ਨਾਲ ਬੇਖੌਫ ਅੱਗ ਲਗਾ ਰਹੇ ਹਨ। ਇਸ ਸੰਬੰਧ ਵਿੱਚ ਜਦ ਕਿਸਾਨ ਰਵਿੰਦਰ ਸਿੰਘ ਨਾਲ ਅੱਗ ਲਗਾਉਣ ਬਾਰੇ ਗੱਲਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਸੀ ਕਿ ਇਸ ਤੋਂ ਬਿਨਾਂ ਉਹਨਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ। ਸਰਕਾਰ ਜੋ ਸਬਸਿਡੀ ਦੇ ਰਹੀ ਹੈ ਉਹ ਉਹਨਾਂ ਨੂੰ ਨਹੀਂ ਮਿਲ ਰਹੀ, ਲੇਕਿਨ ਜੋ ਪਰਾਲੀ ਨੂੰ ਜ਼ਮੀਨ ਵਿੱਚ ਦਬਾਉਣ ਵਾਲੀਆਂ ਮਸ਼ੀਨਾਂ ਹਨ ਉਹ ਬਹੁਤ ਮਹਿੰਗੀਆਂ ਹਨ, ਉਹ ਸਧਾਰਨ ਕਿਸਾਨ ਨਹੀਂ ਖਰੀਦ ਸਕਦਾ। ਅਗਰ ਸਰਕਾਰ ਕੋਈ ਸੁਵਿਧਾ ਦੇਵੇ ਤਾਂ ਕਿਸਾਨ ਦਾ ਕਿਹੜਾ ਮਨ ਕਰਦਾ ਹੈ ਕਿ ਉਹ ਪਰਾਲੀ ਨੂੰ ਅੱਗ ਲਗਾਵੇ। ਰਵਿੰਦਰ ਸਿੰਘ ਨੇ ਕਿਹਾ ਕਿ ਜੇ ਸਰਕਾਰ ਪਰਾਲੀ ਨੂੰ ਸਾਂਭਣ ਲਈ ਕਿਸਾਨ ਨੂੰ ਪੈਸੇ ਦੇਵੇ ਤਾਂ ਉਹਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਕੀ ਜ਼ਰੂਰਤ ਹੈ। ਪੰਜਾਬ ਗਲੋਬਲ ਲਈ ਮੋਗਾ ਤੋਂ ਅਮਰਜੀਤ ਬਬਰੀ ਦੇ ਨਾਲ ਜੋਗਿੰਦਰ ਸਿੰਘ ਦੀ ਰਿਪੋਰਟ। ਹਾਂਜੀ, ਕਿਆ ਨਾਮ ਹੈ ਜੀ ਆਪਕਾ? ਰਵਿੰਦਰ ਸਿੰਘ ਹੈ ਜੀ। ਰਵਿੰਦਰ ਸਿੰਘ ਜੀ, ਆਜ ਆਪ ਇਹ ਖੇਤੋਂ ਮੇਂ ਪਰਾਲੀ ਕੋ ਆਗ ਲਗਾ ਰਹੇ ਹੋ, ਕਿਉਂ ਲਗਾ ਰਹੇ ਹੋ? ਅਰੇ ਭਾਈ, ਹਮਾਰੇ ਪਾਸ ਔਰ ਕੋਈ ਰਸਤਾ ਹੀ ਨਹੀਂ ਹੈ ਇਸਕੋ ਪਰਾਲੀ ਕੋ ਆਗ ਲਗਾਨੇ ਕੇ ਸਿਵਾ। ਸਰਕਾਰ ਸਬਸਿਡੀਆਂ ਦੇ ਰਹੀ ਹੈ, ਸਬਸਿਡੀ ਮਿਲ ਨਹੀਂ ਰਹੀ। ਜੋ ਸੰਦ ਹੈ ਇਸਕੋ ਪਰਾਲੀ ਕੋ ਦਬਾਨੇ ਕੇ ਲੀਏ ਡੇਢ ਡੇਢ ਦੋ ਦੋ ਲੱਖ ਕਾ ਇੱਕ ਹੈ। 10-12 ਲੱਖ ਮੇਂ ਜ਼ਿਮੀਦਾਰ ਕਹਾਂ ਸੇ ਸੰਦ ਇਤਨਾ ਲੇਕਰ ਇਸਕੋ ਪਰਾਲੀ ਕੋ ਖਪਾਏਗਾ? ਔਰ ਕੋਈ ਰਸਤਾ ਹੀ ਨਹੀਂ। ਅਗਰ ਕੋਈ ਸਰਕਾਰ ਹਮੇਂ ਰਾਹ ਦੇ ਤੋ ਹਮ ਇਸਕੋ ਪਰਾਲੀ ਕੋ ਆਗ ਲਗਾ ਕਰ ਹਮਨੇ ਕਿਆ ਕਰਨਾ ਹੈ? ਹਮ ਤੋ ਆਗ ਸੇਕ ਮੇਂ ਖੜੇ ਹੈ, ਹਮਕੋ ਕਿਆ ਜ਼ਰੂਰਤ ਹੈ ਇਸਕੋ ਆਗ ਲਗਾਨੇ ਕੀ? तो जैसे अभी सरकार काफ़ी दावे कर रही है, हैप्पी सीडर वगैरह की बात कर रही है, कुछ सुविधाएं देने की बात कर रही है। वो सुविधा सरकार अगर हमें दे, वादे तो कर रही है, लेकिन उस पर भी सब्सिडी मिल नहीं रही। अगर सरकार हमें सीधी सब्सिडी दे उस पर, अगर वो 1,70,000-80,000 का है तो 80,000 सब्सिडी सरकार को सीधी 80,000 सरकार दे, 1,00,000 रुपया हम देकर ले आएंगे। जिमीदार 2 लाख कहाँ से ले आए उसको खरीदने के लिए? तो जिमीदार 2 लाख लेकर आ जाता है मगर सब्सिडी मिलती नहीं, वो फिर बेचारा कर्जे के बोझ थले दबी जाता है। तो इसका हल क्या है, जैसे आप लोग आग लगा रहे हो? इसका हल तो यही है कि अगर सरकार को चाहे तो हमें कुछ ना कुछ रुपया पैसा देना चाहिए, 5-6,000 रुपया दे। हमें क्या जरूरत है 80-85 रुपया लीटर डीजल है, तो इतना आग लगा कर इतना खर्चा करना पड़ता है। अगर सरकार सीधा हमको सब्सिडी दे, चाहे इसको खपाने के लिए 5-6 हज़ार रुपया दे, तो हम इसको जरूर आग लगाएंगे। जरूरत ही नहीं हमको आग लगाने की।